ਜਲੰਧਰ ਦੇ ਮੀਡੂ ਬਸਤੀ ਤੇ ਆਉਂਦੇ ਹਰੀਕ੍ਰਿਸ਼ਨ ਨਗਰ ਵਿੱਚ ਸ਼ਰਮਾ ਮੈਡੀਕਲ ਹਾਲ ਵਿੱਚ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀ ਹਲਤ ਅਫਸਰ ਡਾਕਟਰ ਅਨੁਪਮਾ ਇੰਸਪੈਕਟਰ ਦਿਨੇਸ਼ ਸਰਬਜੀਤ ਸਿੰਘ ਰਾਏ ਦੀ ਅਗਵਾਈ ਵਿੱਚ ਕੀਤੀ ਗਈ। ਇਸ ਤੋਂ ਬਾਅਦ MR ਸਤੀਸ਼ ਕੁਮਾਰ ਦੇ ਘਰ ਵਿੱਚ ਛਾਪੇਮਾਰੀ ਕੀਤੀ ਗਈ ਕਿਉਂਕਿ ਬ੍ਰਿਜ ਭੂਸ਼ਣ ਤੇ ਸਤੀਸ਼ ਕੁਮਾਰ ਦੇ ਮੈਡੀਕਲ ਸਟੋਰ ਤੇ ਗੋਦਾਮ ਹਨ। ਹਾਲਾਂਕਿ ਕੁੱਲ ਕਿੰਨੀਆਂ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀ ਗਈ ਹੈ ਇਹ ਹੁਣ ਤੱਕ ਸਪਸ਼ਟ ਨਹੀਂ ਹੋ ਸਕਿਆ। ਵਿਭਾਗ ਟੀਮ ਹੁਣ ਜਾਂਚ ਕਰ ਰਹੀ ਸੀ। ਹਾਲਾਂਕਿ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲੱਖਾਂ ਦੀ ਦਵਾਈਆਂ ਬਰਾਮਦ ਕੀਤੀ ਗਈਆਂ ਹਨ। ਨਸ਼ਾ ਵਿਰੁੱਧ ਚੱਲ ਰਹੀ ਮੁਹਿੰਮ ਦੇ ਤਹਿਤ ਅੱਜ ਸਾਨੂੰ ਪੁਲਿਸ ਸਟੇਸ਼ਨ ਡਿਵੀਜ਼ਨ 5 ਨੰਬਰ ਦੇ DSP ਸਾਹਿਬ ਨੇ ਬੁਲਾਇਆ ਸੀ। ਉਹਨਾਂ ਦੀ ਇਨਫੋਰਮੇਸ਼ਨ ਅਤੇ ਪੁਲਿਸ ਟੀਮ ਦੇ ਨਾਲ ਅਸੀਂ ਇੱਥੇ ਸਰਚ ਕੀਤੀ ਹੈ ਮੁਹੱਲਾ ਗੋੜਵਾਲਾ ਬਸਤੀ ਗੁਜਾ ਦੇ ਵਿੱਚ ਅਤੇ ਇੱਥੇ ਇਸ ਘਰ ਵਿੱਚ ਸਾਨੂੰ ਕੁਛ ਮੈਡੀਸਨ ਮਿਲੀਆਂ ਨੇ ਐਲੋਪੈਥਿਕ ਪਾਈਆਂ ਗਈਆਂ ਨੇ ਅਤੇ ਜਿਨ੍ਹਾਂ ਦੀ ਕਿ ਅਸੀਂ ਸਰਚ ਕਰ ਰਹੇ ਹਾਂ ਅਤੇ ਆਪਣੀ ਕਾਰਵਾਈ ਡਰੱਗ ਐਂਡ ਕੋਸਮੈਟਿਕ ਐਕਟ ਦੇ ਤਹਿਤ ਕਰ ਰਹੇ ਹਾਂ।